ਤੂੰ ਯਕੀਨ ਕਰੀ ਅੱਲਾ ਦੀ ਖੈਰ ਹੈ, ਪੈਲੀ ਵੀ ਹੈ ਪੈਸੇ ਵੀ ਇੰਨਾ ਨਾ, ਜੇ ਤੂੰ ਮੁਸਲਮਾਨ ਹੈ ਖਾਨੇ ਕਾਹਵੇ ਲੋਕ ਜਾਂਦੇ ਨੇ ਮੈਨੂੰ ਬਥੇਰਾ, ਮਤਲਬ ਮੇਰਾ ਉਹਦੇ ਨਹੀਂ ਜੀ ਕਰਦਾ, ਮੈਂ ਉਹਨਾਂ ਵੀ ਇੰਡੀਆ ਫਿਰਿਆ ਵਾਂ, ਮੈਂ ਆਪਣਾ ਘਰ ਬੂਹਾ ਦੇਖ ਲਿਆ ਵਾਂ। ਅੱਛਾ, ਨਾ ਤੁਸੀਂ ਖਾਨਾ ਕਾਹਵਾ ਜਾਂਦੇ ਹੋ ਨਾ ਤੁਸੀਂ ਆਪਣੇ ਪਿੰਡ ਜਾਂਦੇ ਹੋ? ਜੀ ਤਾਂ ਕਰਦਾ ਇੱਧਰ ਨੂੰ, ਉੱਧਰ ਨੂੰ ਘੱਟ ਕਰਦਾ ਸਗੋਂ ਇੱਧਰ ਨੂੰ ਬਹੁਤਾ ਕਰਦਾ। ਅੱਛਾ, ਮੈਂ ਕਿਹਾ ਉਸਦਾ ਪਤਾ ਕਰਾਂ ਵੀ ਕਿੱਥੇ ਦੇ ਲੋਕ ਸਿੱਖ ਸਾਡੇ ਪਿੰਡ ਬੈਠੇ ਨੇ। ਅੱਛਾ, ਹੈਂ ਤੁਹਾਨੂੰ ਨਹੀਂ ਪਤਾ ਚੱਲਿਆ? ਨਾ ਨਾ, ਮੈਂ ਗਿਆ ਨਾ, ਮੇਰੇ ਕੋਲ ਕੋਈ ਟੈਲੀਫੋਨ ਸੀ। ਅੱਛਾ, ਹਜੂਰਾ ਸੀ ਨਾ ਸਿੱਖਦਾ। ਅੱਛਾ ਜੀ, ਜਗਿੰਦਰ। ਅੱਛਾ, ਹੈਂ ਅਤੇ ਜਗਿੰਦਰ, ਹਜੂਰਾ, ਪ੍ਰੀਤਮ, ਇਹ ਸਿੱਖਾਂ ਦੇ ਨਾਂ ਸੀ। ਤੁਹਾਡੇ ਨਾਲ ਪੜ੍ਹਦੇ ਸੀ? ਆਹੋ, ਮੇਰੇ ਨਾਲ ਪੜ੍ਹਦੇ ਸੀ। ਤੁਸੀਂ ਕਿੱਥੇ ਪੜ੍ਹਨ ਜਾਂਦੇ ਸੀ? ਦਿਵਾਲੀ ਸੀ ਨਾਲ ਪਿੰਡ ਸਾਡਾ, ਪੜ੍ਹਿਆ ਲੋਕ ਉਹਨਾਂ ਨੂੰ ਪੈ ਗਏ, ਘੁਮਾਰ ਅੰਮ੍ਰਿਤਸਰੀਏ ਬੜੇ ਸੀ, ਉਹ ਕੰਮ ਹੋ ਗਿਆ ਇਹਨਾਂ ਨੇ। ਫਿਰ ਉਹ ਗੱਡੀ ਸਿੱਖਾਂ ਦੀ, ਉਹ ਬੁੱਢੀਆਂ ਨਾ ਜਿਹੜੀਆਂ ਸਿੱਖਣੀਆਂ ਬਾਹਮਣੀਆਂ, ਉਹਨਾਂ ਦੇ ਜੇਬਰ ਖੋਲ੍ਹੇ, ਮੈਂ ਪੈਸੇ ਪੂਸੇ ਖੋਲ੍ਹੇ, ਦੁੱਧੀਆਂ ਅਤੇ ਜਿਹੜੀਆਂ ਉਹ ਨਾਲ ਵੱਢ ਦਿੱਤੀਆਂ, ਨਾ ਉਹ ਮਰਿਆ ਮਰਿਆ ਜੀਉਂਦੀਆਂ। ਜਦੋਂ ਉਹ ਗੱਡੀ ਗਈ ਨਾ, ਫਿਰ ਸਾਡੇ ਤਾਂ ਬਹੁਤ ਉਹਨਾਂ ਨੇ ਵੇਚਿਆ, ਪਾਕਿਸਤਾਨ ਮੈਂ ਇਹ ਹਾਲ ਕਰਦੇ ਹਾਂ, ਅਸੀਂ ਨਾ ਲੋਕਾਂ ਦਾ ਨਾਲ ਕਰੀਏ, ਫਿਰ ਬਹੁਤਾ ਸਾਡੇ ਨਾਲ ਕਰਿਆ। ਉਹ ਪੱਠੇ ਲੈਣ ਜਾਂਦੇ ਸੀ, ਮੈਂ ਵੀ ਨਾਲ ਜਾਂਦਾ ਸੀ ਢੱਗੇ 'ਚ ਰੱਖੇ ਹੋਏ। ਅੱਛਾ, ਉਹ ਜਦੋਂ ਗਏ ਉਹ ਗੋਰਖਿਆਂ ਨੇ ਭੈਣ ਚੋਦਾਂ ਗੋਲੀ ਮਾਰੀ, ਉਹ ਮੇਰੇ ਮੂਹਰੇ ਸੀ, ਅਸੀਂ ਪਿੱਛੇ ਸੀ, ਉਹ ਮਰ ਗਿਆ ਕੈਂਪ ਦੇ ਵਿੱਚ। ਕੈਂਪ ਦੇ ਵਿੱਚ ਗੋਰਖਿਆਂ ਨੇ ਮਾਰੀ, ਗੋਰਖੇ ਨਾਲ ਜਿਹੜੀ ਉਹਨਾਂ ਦੀ ਫੌਜ ਸੀ। ਅਸੀਂ ਜਾਂਦੇ ਤੇ ਪੱਠੇ ਮੀਲ ਮੀਲ ਦੋ ਦੋ ਮੀਲ 'ਤੇ ਵੱਢ ਕੇ ਲਿਆਉਣੇ ਸਭਾ ਸਭ ਡੰਗਰਾਂ ਵਾਸਤੇ, ਹੈਂ। ਅਤੇ ਉਹਨਾਂ ਨਾਲ ਜਦੋਂ ਉਹ ਗਿਰ ਗਿਆ, ਅਸੀਂ ਟਾਹਲੀ ਖੜੀ ਸੀ, ਟਾਹਲੀ ਦੇ ਨਾਲ ਲੱਗ ਕੇ ਵੀ ਕੁੜੀ ਜਾ ਖੂਨ ਫਿਰ ਮਾਰੇਗਾ, ਟਾਹਲੀ ਨਹੀਂ ਬੱਜੀ ਸਮਝ। ਅੱਛਾ, ਰੇਹੜੀ ਬਾਰੇ ਦੱਸੋ ਜੀ, ਸੁਣਿਆ ਅਖਬਾਰ ਦੇ ਵਿੱਚ ਵੀ ਖਬਰ ਆਈ ਸੀ, ਇਹ ਕੀ ਬਾਬਾ ਜੀ ਮਾਜਰਾ ਸੀ? ਰੇੜ ਕੇ ਲਿਆਂਦੀ ਸੀ ਇੱਥੋਂ ਫੜ ਕੇ ਗਏ। ਕਿੱਥੋਂ ਰੇੜ ਕੇ ਲਿਆਂਦੀ ਸੀ? ਸ਼ੇਖਪੁਰਿਓ। ਅੱਛਾ, ਸ਼ੇਖਪੁਰਿਓ ਹੋਰ ਲੈ ਇੱਥੋਂ ਫੜ ਕੇ ਨਾ। ਹਾਂਜੀ, ਅੱਛਾ, ਸ਼ੇਖਪੁਰਿਓ ਆਪਣੇ ਪਿੰਡ ਤੁਸੀਂ 20 ਕਿਲੋਮੀਟਰ? 20 ਕਿਲੋਮੀਟਰ ਸਲਾਮ ਦਿਓ ਆ, ਲੋਕ ਬਥੇਰੇ ਸੀ, ਉਹ ਮੈਨੂੰ ਮਿਲਣ, ਉਹ ਲੰਬੜਾ ਤੂੰ ਕੀ ਕਰਦਾ, ਅਸੀਂ ਰੱਖਦੇ, ਅਸੀਂ ਪਿੰਡੋਂ ਟਰਾਲੀ ਲਿਆਉਂਦੇ, ਮੈਂ ਜਾ ਦਫ਼ਾ ਹੋਊ, ਮੈਂ ਜਿੰਨੇ ਤੁਸੀਂ ਟਰਾਲੀਆਂ ਲਿਆਉਂਗੇ ਉਹਨੂੰ ਚਿੰਨ ਮੈਂ ਪਿੰਡ ਪਹੁੰਚ ਜੂ, ਮੈਂ 12। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਅਸਲਾਮ ਅਲੈਕਮ ਬਜ਼ੁਰਗੋ। ਵਾਲਿਕ ਸਲਾਮ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ, ਠੀਕ ਠਾਕ ਹੋ ਬਜ਼ੁਰਗੋ? ਅੱਜ ਤੁਹਾਡੇ ਕੋਲ ਆਏ ਹਾਂ ਪੁਰਾਣੀ ਗੱਲਾਂ ਬਾਤਾਂ ਪੁੱਛਣ ਵਾਸਤੇ। ਇਹ ਦੱਸੋ, ਕਿੰਨੀ ਉਮਰ ਸੀ ਤੁਹਾਡੀ 47 ਵੇਲੇ? ਤੁਹਾਨੂੰ ਦੱਸਿਆ ਨਹੀਂ ਵੀ ਮੇਰੀ ਉਮਰ ਤੇਰੀ ਜਿੰਨੀ ਹੋਣੀ, ਤੇਰੀ ਉਮਰ 22 ਸਾਲ ਹੋਣੀ। ਹਾਂਜੀ, ਇੰਨੀ ਮੇਰੀ ਉਮਰ ਹੀ ਮੰਗਣੀ ਹੋ ਗਈ ਦੱਸਿਆ, ਉਹਦੇ ਆ ਕੇ ਸ਼ਾਦੀ ਹੋਈ, ਉਹ ਨਹੀਂ ਲੱਭੇ, ਹੋਰ ਥਾਂ ਹੋ ਗਈ। ਅੱਛਾ 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 ਅੱਛਾ, ਇਹ ਦੱਸੋ ਪਿੰਡ ਕਿਹੜਾ ਸੀ ਆਪਣਾ ਪਿੱਛੇ? ਚੜਾਕ ਚੜਾਕ ਤੜਾਕ ਚੜਾਕ ਤੜਾਕ ਦੋ ਪਿੰਡ ਸੀ, ਚੜਾਕ ਦੋ, ਇੱਕ ਬੜੀ ਚੜਾਕ ਸੀ, ਇੱਕ ਛੋਟੀ ਸੀ, ਜਿਹੜੀ ਸਾਡੇ ਵਾਲੀ ਸੀ ਛੋਟੀ ਉਹਨੂੰ ਖੁਰਦ ਕਹਿੰਦੇ ਸੀ, ਜਿਹੜੀ ਬੜੀ ਸੀ ਉਹਨੂੰ ਕਲਾਂ ਕਹਿੰਦੇ ਸੀ। ਉਹਦੇ ਨਾਲ ਮਜਾਤ ਸਾਰੀ ਰਾਜਪੂਤਾਂ ਦੀ ਸੀ, ਜੈਲਦਾਰ ਵੀ ਸੀ ਉੱਥੇ ਮਜਾਤ। ਤੁਹਾਡੀ ਕਿਹੜੀ ਬਰਾਦਰੀ? ਹਾਂ, ਤੁਹਾਡੀ ਬਰਾਦਰੀ ਕਿਹੜੀ? ਰਾਜਪੂਤ। ਕਿਹੜੀ ਗੋਤ? ਚੌਹਾਨ। ਚੌਹਾਨ, ਸਹੀ ਹੋ ਗਿਆ। ਅੱਛਾ, ਅਤੇ ਹੋਰ ਸਿੱਖਾਂ ਦਾ ਪਿੰਡ ਸੀ ਪੋਪਨਿਆ, ਪੋਪਨਿਆ ਇੱਕ ਰਾਜਪੂਤਾਂ ਦਾ ਪਿੰਡ ਸੀ, ਕਸੂਬੜੀ, ਅੱਛਾ, ਗਡਹੇੜਾ, ਅੱਛਾ, ਘੇਲ, ਹੈਂ, ਇਹ ਪਿੰਡ ਸੀ ਮੱਛੜੀ, ਹੈਂ, ਹਿੰਦੁਸਤਾਨ ਵਾਂ।
ਅੱਛਾ ਇਹ ਸਾਡੇ ਪਿੰਡ ਵਾਲੇ ਦੁਆਲੇ ਸੀ। ਤੁਹਾਡੇ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਸੀ, ਕਿਹੜੀ ਬਰਾਦਰੀ ਦੇ ਲੋਕ ਰਹਿੰਦੇ ਸੀ? ਸਾਡੀ ਬਰਾਦਰੀ ਮੈਂ ਦੋ ਵਿੱਚ ਸੀ, ਜਾਂ ਰਾਜਪੂਤ ਸੀ ਜਾਂ ਸਿੱਖ ਸੀ। ਅੱਛਾ ਸਿੱਖ ਵੀ ਰਹਿੰਦੇ ਸੀ? ਸਿੱਖ ਦੇ ਸਿੱਖ ਸੀ। ਸਿੱਖ ਜੱਟ ਸਨ? ਹਾਂ ਜੱਟ। ਅੱਛਾ ਓਕੇ ਸੌਂ। ਅੱਛਾ 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 ਅੱਛਾ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਬਾਈ ਜ਼ਿਮੀਂਦਾਰੀ ਦਾ, ਸਾਡੀ ਜਾਇਦਾਦ ਬੜੀ, ਜ਼ਮੀਨ ਬੜੀ ਸਾਡੀ। ਕਿੰਨੀ ਜ਼ਮੀਨ ਸੀ ਤੁਹਾਡੀ? ਉਹਦਾ ਤਾਂ ਸਾਨੂੰ ਬਿੱਲ 14 ਕਿੱਲੇ ਪਏ ਆ। ਉੱਥੇ ਬਰਾਨੀ ਜ਼ਮੀਨ ਸੀ ਸਾਡੀ, ਮੇਰਾ ਖਿਆਲ 250-250 ਕਿੱਲਾ ਸੀ। ਤੁਹਾਡੇ ਬਜ਼ੁਰਗਾਂ ਦਾ? ਬਜ਼ੁਰਗਾਂ ਦਾ, ਦੋ ਹੋਲਾਂ ਦੀ ਵਾਹੀ ਸੀ। ਅੱਛਾ ਲੰਬੜਦਾਰੀ ਸੀ ਪਿੱਛੇ, ਉਰੇ ਵੀ ਮੇਰੇ ਕੋਲ ਲੰਬੜਦਾਰੀ ਆ। ਅੱਛਾ ਇੱਥੋਂ ਦੇ ਲੰਬੜਦਾਰ ਵਾਸਤੇ? ਹਾਂ। ਇਹ ਕਿਹੜਾ ਪਿੰਡ ਹੈ? ਅਮਾਰ। ਅਮਾਰ ਇੱਥੋਂ ਦੇ ਲੰਬੜਦਾਰ ਤੁਸੀਂ ਹੀ ਹੋ? ਹਾਂ ਸਹੀ ਹੋ ਗਿਆ। ਇਹ ਜ਼ਿਲ੍ਹਾ ਗੁਜਰਾਂਵਾਲੇ ਦੇ ਵਿੱਚ ਪਿੰਡ ਆਉਂਦਾ? ਹਾਂ ਗੁਜਰਾਂਵਾਲੇ ਮਾਂ ਆਉਂਦਾ, ਇਸ ਤੋਂ ਅੱਗੇ ਹੁਣ ਸ਼ੇਖੂਪੁਰਾ। ਅੱਛਾ ਅੱਛਾ ਮਿਰਜਾ ਸ਼ੇਖੂਪੁਰੇ ਮਾਂ, ਸਮਸਾ ਗੁਜਰਾਂਵਾਲੇ ਮਾਂ, ਦੇਗਪੁਰ ਗੁਜਰਾਂਵਾਲੇ ਮਾਂ। ਸਹੀ। ਇਹ ਦੱਸੋ ਮਾਸ਼ਾਅੱਲਾ 20-22 ਸਾਲ ਉਮਰ ਸੀ ਤੁਹਾਡੀ ਉੱਥੇ? ਹਾਂ ਸਾਰਾ ਕੁਝ ਪਤਾ ਮੈਨੂੰ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਸੀ। ਕਿਹੜੀ ਸਾਈਡ 'ਤੇ? ਚੜ੍ਹਦੇ ਪਿੰਡੋਂ। ਪਿੰਡੋਂ ਚੜ੍ਹਦੇ ਪਾਸੇ? ਹਾਂ। ਅਤੇ ਗੁਰਦੁਆਰਾ ਕਿੱਥੇ ਸੀ? ਉਹ ਲਾਂਦੇ ਸੀ, ਲਾਂਦੇ ਸਿੱਖ ਰਹਿੰਦੇ ਸੀ, ਲਾਂਦੇ ਉਹਨਾਂ ਦਾ ਗੁਰਦੁਆਰਾ ਸੀ। ਇਹ ਦੱਸੋ ਕਿਹੜੇ ਕਿਹੜੇ ਮਸ਼ਹੂਰ ਸਿੱਖ ਸੀ ਉੱਥੇ ਜਿਹੜੇ ਰਹਿੰਦੇ ਸੀ, ਉਹਨਾਂ ਦੇ ਨਾਂ ਦੱਸੋ ਜਿਹੜੇ ਤੁਹਾਡੇ ਹਾਣੀ ਸਨ ਸਿੱਖ? ਉਹਨਾਂ ਦੇ ਨਾਂ ਉਹ ਮਰ ਕੱਪ ਕੇ ਹਜੂਰਾ। ਅੱਛਾ ਹਜੂਰਾ ਸੀ ਨਾਂ ਸਿੱਖ ਦਾ। ਅੱਛਾ ਜੀ ਜੋਗਿੰਦਰ। ਅੱਛਾ ਹੈਂ ਅਤੇ ਜੋਗਿੰਦਰ ਹਜੂਰਾ ਪ੍ਰੀਤਮ। ਅੱਛਾ ਇਹ ਸਿੱਖਾਂ ਦੇ ਨਾਂ ਸੀ। ਤੁਹਾਡੇ ਨਾਲ ਪੜ੍ਹਦੇ ਸੀ? ਆਹੋ ਮੇਰੇ ਨਾਲ ਪੜ੍ਹਦੇ ਸੀ। ਤੁਸੀਂ ਕਿੱਥੇ ਪੜ੍ਹਨ ਜਾਂਦੇ ਸੀ? ਦਿਵਾਲੀ ਸੀ ਨਾਲ ਪਿੰਡ ਸਾਡਾ, ਪੜ੍ਹਿਆ ਮੈਂ ਕੋਈ ਵੀ ਨਹੀਂ ਜਿਵੇਂ ਸਹੀ। ਅੱਛਾ ਸਕੂਲ ਕਿੰਨਵੀਂ ਤੱਕ ਜਾਂਦੇ ਰਹੇ ਤੁਸੀਂ? ਜਾਂਦਾ ਤਾਂ ਮੈਂ ਬਥੇਰਾ ਕੋਸ਼ਿਸ਼ ਕਰਦੇ ਸੀ, ਉਹਦਾ ਜ਼ਮਾਨਾ ਪੜ੍ਹਾਈ ਘੱਟ ਸੀ, ਹੁਣੀ ਹੋਇਆ ਇਲਮ ਦਾ ਕੰਮ। ਕਿੱਥੇ ਸੀ ਸਕੂਲ ਤੁਹਾਡੇ ਪਿੰਡ ਦੇ ਵਿੱਚ? ਹੈਂ ਪਿੰਡ ਦੇ ਵਿੱਚ ਹੈ ਸੀ ਸਕੂਲ? ਦਿਵਾਲੀ ਸੀ ਉੱਥੇ ਸੀ। ਦਿਵਾਲੀ ਪਿੰਡ ਸੀ? ਹਾਂ ਸਹੀ। ਉਹ ਸਾਰੇ ਰਾਜਪੂਤ ਸੀ, ਉੱਥੇ ਕੋਈ ਸਿੱਖ ਨਹੀਂ ਸੀ। ਅੱਛਾ ਹਾਂ ਥੋੜ੍ਹਾ ਜਿਹਾ ਹੀ ਸੀ ਸਰਸੋਂ ਬੱਲੋ ਇੱਦਾਂ ਕੁ ਸੀ। ਬਥੇਰਾ ਮਾਂ ਬਾਪ ਨੇ ਬਥੇਰੀ ਤੁਰਾਈ ਕਰੀ, ਮੈਂ ਹੀ ਨਹੀਂ ਗੱਲ ਮੰਨੀ। ਵਿੱਚ ਤੋਂ ਬੜਾ ਭਰਾ ਸੀ ਮੇਰਾ, ਉਹ ਪੜ੍ਹਿਆ ਵਾ ਸੀ, 5-7 ਜਮਾਤ ਦਾ ਫੌਜ ਹੋ ਗਿਆ, ਉਹਦੇ ਬੱਚੇ ਵੀ ਫੌਜ ਹੋ ਗਏ। ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਹੈਂ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਅੰਬਾਲਾ। ਅਤੇ ਤਹਿਸੀਲ? ਖੈੜ। ਖੇੜ? ਹਾਂ ਖੈੜ ਕਹਿੰਦੇ ਖੈੜ। ਅੱਛਾ ਤੁਸੀਂ ਤਾਂ ਫਿਰੇ ਹੋਣੇ ਹੋ ਪਿੰਡ ਸ਼ਹਿਰ? ਸਾਰੇ ਸ਼ਹਿਰ ਦੇਖਿਆ ਕਿ ਪਿੰਡਾਂ ਮੈਨੂੰ ਚੰਦਰ ਸਿੰਘ ਚੰਗੀ ਭਲੀ ਹੋ ਸਕੇ ਮੈਨੂੰ। ਸਹੀ ਸਹੀ। ਸਕੂਲ ਕਿੰਨੇ ਦਿਨ ਜਾਂਦੇ ਰਹੇ ਤੁਸੀਂ? ਬਾਬਾ ਜੀ ਜਾਂਦਾ ਰਿਹਾ ਮੈਂ। ਮਾਸਟਰ ਕਿਹੜਾ ਸੀ ਜਿਹੜਾ ਪੜ੍ਹਾਉਂਦਾ ਸੀ? ਉਦੋਂ ਤਾਂ ਹੁਣ ਅੱਜ ਦੀ ਗੱਲ ਪੁਰਾਣਾ, ਕੋਈ ਨਾਂ ਇੱਕ ਅੱਧੇ ਦਾ ਚੇਤਾ ਹੋਣਾ ਹੀ ਹੈ। ਮੁਸ਼ਕਿਲ ਜੀ ਗੱਲ ਹੈ ਜੇ ਝੂਠੇ ਮਾਰਨਾ, ਮੁਸਲਮਾਨ ਤਾਂ ਜੋ। ਅੱਛਾ ਹਾਂ ਉਹ ਮੈਨੂੰ ਘਰੋਂ ਆ ਕੇ ਲੈ ਜਾਂਦਾ ਸੀ ਵੀ ਨੰਬਰ ਦਾ ਮੁੰਡਾ ਪੜ੍ਹ ਜੇ, ਮੈਂ ਜਦੋਂ ਤਫਰੀਹ ਹੋਣੀ 11 ਵਜੇ ਉਦੋਂ ਨੱਠੇ ਆਉਣਾ। ਬੱਚੇ ਜਿਹੜੇ ਪੜ੍ਹਦੇ ਸੀ ਨਾਲ, ਹਾਂ ਉਹਨਾਂ ਦੇ ਨਾਂ ਚੇਤਾ? ਆਹੋ ਬਸੀਰ, ਉਹ ਆਪਣੀ ਬਰਾਦਰੀ ਦੀ ਰਾਜਪੂਤ ਸੀ, ਬਸ਼ੀਰ ਅਜੀਜ ਇਹੋ ਜਿਹੇ ਪੜ੍ਹਦੇ ਸੀ। ਸਹੀ ਹੋ ਗਿਆ। ਅਤੇ ਪਿੰਡ ਦੇ ਵਿੱਚ ਮੇਲਾ ਸ਼ੇਲਾ ਲੱਗਦਾ ਸੀ? ਨਹੀਂ ਸਾਡੇ ਨਹੀਂ ਸੀ ਮੇਲਾ ਕੋਈ ਲੱਗਦਾ, ਮੈਂ ਨਹੀਂ ਝੂਠ ਮਾਰਾਂ, ਕੋਲ ਪਿੰਡ ਸੀ ਸਿੱਖਾਂ ਦਾ, ਉੱਥੇ ਲੱਗਦਾ ਸੀ ਪੋਪਰਿਆਂ। ਜਾਂਦੇ ਰਹੇ ਮੇਲਾ ਵੇਖਣ? ਉਹ ਮੇਲਾ ਵੇਖਣ ਜਾਂਦੇ ਰਹੇ, ਵੀ ਝੂਠ ਮਾਰਾਂ, ਸਿੱਖਾਂ ਦਾ ਪਿੰਡ ਸੀ ਉਹ। ਅੱਛਾ ਉਹ ਉੱਥੇ ਜਾਂਦੇ ਰਹੇ ਜਾਂ ਖੈੜ ਸਾਸੋ ਤਹਿਸੀਲ ਸੀ ਸਾਰੀ ਖੈੜ, ਉੱਥੇ ਘੋੜੇ ਘੋੜੇ ਨਿਕਲਣੇ ਉਹ ਦੇਖਦੇ ਰਹੇ। ਅੱਛਾ ਜਾਂਦੇ ਰਹੇ? ਉਹ ਦੇਖਦੇ ਰਹੇ। ਸਹੀ ਹੋ ਗਿਆ। ਆਪਸ 'ਚ ਸਿੱਖਾਂ ਨਾਲ ਕਿੱਦਾਂ ਸੀ ਤੁਹਾਡਾ? ਹੈਂ ਸਿੱਖਾਂ ਨਾਲ ਕਿੱਦਾਂ ਸੀ ਆਪਸ 'ਚ ਤੁਹਾਡਾ? ਕੋਈ ਨਹੀਂ ਐਡਾ ਬਸ ਸਲਾਮ ਦੁਆਈ ਸੀ, ਉਹ ਵੱਖਰੇ ਰਹਿੰਦੇ ਸੀ, ਗਲੀ ਜਾਂਦੀ ਸੀ ਜਿਵੇਂ ਆਹ ਗਲੀ ਹੈ ਨਾ ਸਾਡੀ। ਮੈਨੂੰ ਪਿੰਡ ਦਾ ਨਕਸ਼ਾ ਸਮਝਾਓ। ਹਾਂ ਪਿੰਡ ਦਾ ਨਕਸ਼ਾ? ਹਾਂ ਗਲੀ ਇੰਝ ਗਲੀ ਜਾਂਦੀ ਸੀ, ਦੱਖਣ ਪਹਾੜ ਦੀ ਚੜ੍ਹਦੇ ਅਸੀਂ ਸੀ, ਲੰਘਦੇ ਉਹ ਸੀ। ਅੱਛਾ ਉਹ ਪਿੰਡ ਦਾ ਘਰ ਕੱਚੇ ਸਨ ਤੁਹਾਡੇ ਕਿ ਪੱਕੇ ਸਨ? ਸਾਡਾ ਪੱਕਾ ਸੀ ਬਾਕੀ ਕੱਚੇ ਸੀ। ਤੁਹਾਡਾ ਕਿਹੜੀ ਸਾਈਡ ਦੇ ਘਰ ਸੀ? ਦੱਖਣ ਬੋਰਡ ਖੜਾ ਸੀ ਬੜਾ ਸਖੜਾ, ਬੋਰਡ ਬੋਰਡ ਬਰੋਟਾ ਕਹਿੰਦੇ ਜਿਹਨੂੰ ਆਹ ਬੋਰਡ। ਅੱਛਾ 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 ਉਹ ਪਿੰਡ ਦੇ ਵਿੱਚ ਤੁਹਾਡੇ ਘਰ ਦੇ ਨਾਲ ਹੀ ਬੋਰਡ ਖੜਾ ਸੀ? ਹਾਂ ਸਾਡੇ ਬੂਹੇ ਅੱਗੇ ਖੜਾ ਸੀ। ਅੱਛਾ ਹਾਂ ਕਿੰਨੇ ਕਮਰੇ ਸੀ ਘਰ ਦੇ? ਸਾਡੇ ਬਾਬਾ ਸੀ ਕਮਰੇ ਅੰਦਾਜ਼ਨ ਉਸ
ਲਟੈਣਾ ਪਾਉਂਦੇ ਹੁੰਦੇ ਸੀ ਉਰੇ ਤਾਂ ਹੁਣ ਲੈਂਟਰ ਪਾ ਆਓ ਕਰ ਉਸੇ ਹਿੰਦੁਸਤਾਨ ਵਾਂ ਲਟੈਣਾ ਹੋਣੀਆਂ ਐਡੀਆਂ ਚੌੜੀਆਂ ਥੰਮ ਕਰ ਲੈਣੇ ਕੁੰਝ ਨੂੰ ਪਾ ਕੁੰਝ ਨੂੰ ਪਾ ਅੱਛਾ ਮੇਰਾ ਖਿਆਲ ਹੈ ਸਾਡੇ 2-4 ਕਮਰੇ ਸੀ ਅੱਛਾ ਹਾਂ ਡੰਗਰਾਂ ਦਾ ਵੱਖਰਾ ਸੀ ਅੱਛਾ ਸਾਡਾ ਬੱਸਾਂ ਵਾਲਾ ਵੱਖਰਾ ਸੀ ਪਿੱਛੇ ਫਿਰ ਕੋਠੜੀਆਂ ਪਾਈਆਂ ਹੋਈਆਂ ਸੀਗੀਆਂ ਅੱਛਾ ਇੱਦਾਂ ਦਾ ਹਿਸਾਬ ਸੀ ਅਤੇ ਡੇਰਾ ਸ਼ੇਰਾ ਜ਼ਮੀਨਾਂ ਕਿਹੜੀ ਸਾਈਡ 'ਤੇ ਸੀ ਪਿੰਡ ਹਾਂ ਜ਼ਮੀਨ ਕਿਹੜੀ ਸਾਈਡ 'ਤੇ ਸੀ ਪਿੰਡੋਂ ਲਾਂਦੇ ਪਾਸੇ ਸੀ ਹਾਂ ਨਿਆਈ ਪਿੰਡ ਦੇ ਬਿਲਕੁਲ ਪਹਿਲਾਂ ਸੀ ਦੂਰ ਦੂਰ ਅੱਛਾ ਫਿਰ ਇਸਤੇਮਾਲ ਹੋਈ ਸੀ ਇਸਤੇਮਾਲ ਦੇ ਵਿੱਚ ਫਿਰ ਉਹ ਮਹਿਕਮਾ ਮੇਰੇ ਕੋਲ ਸਾਡੇ ਕੋਲ ਬੈਠਾ ਸੀ ਅੱਛਾ ਸਾਡੇ ਡੇਰੇ ਵਿੱਚ ਹੁਣ ਇੱਥੇ ਵੀ ਇਸਤੇਮਾਲ ਹੋਈ ਮੇਰੇ ਵੀ ਬੈਠੇ ਸੀ ਸਾਡੇ ਪਿੰਡ ਲੰਬੜਦਾਰ ਕਰਕੇ ਉਸੇ ਵੀ ਸਾਡੇ ਕੋਲ ਬੈਠੇ ਫਿਰ ਅਸੀਂ ਪਿੰਡ ਦੇ ਨਾਲ ਲੈ ਲਈ ਅੱਛਾ ਇਸਤੇਮਾਲ ਮੱਕੀਆਂ ਮੁੱਕੀਆਂ ਬੀਜੀਆਂ ਹਜ਼ਾਰਾਂ ਪੈ ਗਿਆ ਖੂਹ ਸਣ ਕੇ ਨਹਿਰੀ ਪਾਣੀ ਸੀ ਬਦਾਨੀ ਬੜੀ ਫਸਲ ਹੁੰਦੀ ਸੀ ਖੂਹ ਨਹੀਂ ਸੀ ਹੈ ਪਿੰਡ ਨਾ ਕੋਈ ਨਾ ਪਾਣੀ ਕਿੱਥੋਂ ਪੀਂਦੇ ਸੀ ਤੁਸੀਂ ਪਾਣੀ ਅਸੀਂ ਪਿੰਡ ਵਿੱਚ ਖੂਹ ਸੀ ਪੈਲੀਆਂ ਵਾਂ ਕੋਈ ਨਹੀਂ ਸੀ ਪਿੰਡ ਦੇ ਵਿੱਚ ਖੂਹ ਪਿੰਡ ਵਾਂ ਖੂਹ ਸੀ ਸਾਡਾ ਵੱਖਰਾ ਸਿੱਖਾਂ ਦਾ ਵੱਖਰਾ ਇੱਕ ਚਮਿਆਰ ਹੁੰਦੇ ਸੀ ਉਹਨਾਂ ਦਾ ਵੱਖਰਾ ਉਹ ਨਾ ਸੀ ਉਹਨਾਂ ਦੇ ਖੂਹ ਦੇ ਉਹ ਪਾਣੀ ਭਰਦੇ ਅਤੇ ਨਾ ਅਸੀਂ ਉਹ ਸਾਡੇ ਪੀ ਲੈਂਦੇ ਸੀ ਸਾਡੇ ਹੱਥ ਦਾ ਅਸੀਂ ਉਹਨਾਂ ਦੀ ਰੋਟੀ ਪਾਣੀ ਅਸੀਂ ਨਹੀਂ ਖਾਂਦੇ ਨਾ ਸਿੱਖ ਖਾਂ ਨਾ ਉਹ ਅੱਛਾ ਤੁਹਾਡਾ ਜਿਹੜਾ ਚੁਮਾਰਾਂ ਨਾਲ ਉਹਨਾਂ ਦੇ ਨਾਂ ਯਾਦ ਨੇ ਤੁਹਾਨੂੰ ਆਹੋ ਸਾਡੇ ਨਾਲ ਕਾਮੇ ਕੁੰਮੇ ਰਹਿੰਦੇ ਸੀ ਕਿਸੇ ਨੂੰ ਰੌਣਕੀ ਸੀ ਕਿਸੇ ਨੂੰ ਅਰਜਣ ਸੀ ਅੱਛਾ ਹੈਂ ਡੰਗਰ ਸ਼ੰਗਰ ਪਿੰਡ ਦੇ ਵਿੱਚ ਹੀ ਰੱਖੇ ਸੀ ਕਿ ਡੇਰੇ 'ਚ ਰੱਖੇ ਪਿੰਡ ਰੱਖੇ ਸੀ ਪਿੰਡ ਹੀ ਰੱਖੇ ਸੀ ਹਾਂ ਸਹੀ ਹੋ ਗਿਆ ਅਤੇ ਸਿੱਖਾਂ ਦੀ ਜ਼ਮੀਨ ਵੀ ਵਾਹਵਾ ਸੀ ਉੱਥੇ ਥੋੜ੍ਹੀ ਸੀ ਇੱਕ ਘਰ ਦੀ ਸੀ ਦੂਸਰਿਆਂ ਦੀ ਕੋਈ ਨਹੀਂ ਸੀ ਸਾਡੀ ਜੀ ਸਾਰੇ ਪਿੰਡ ਵਿੱਚ ਨਾ ਹਾਂਜੀ ਸਾਡੀ ਬਹੁਤੀ ਸੀ ਅਤੇ ਸਿੱਖਾਂ ਦੀ ਜਿਹੜੇ ਉਹ ਕਿਹੜੇ ਘਰ ਦੀ ਜ਼ਿਆਦਾ ਸੀ ਉਹਦਾ ਜੈਮਲ ਸਿੰਘ ਜੈਮਲ ਜੈਮਲ ਹਾਂ ਉਹਦੀ ਜ਼ਮੀਨ ਸੀ ਉਹਦੀ ਚੌਕੀ ਸੀ ਉਹਦਾ ਮਕਾਨ ਵੀ ਪੱਕਾ ਸੀ ਅੱਛਾ ਅਤੇ ਪਿੰਡ ਦੇ ਵਿੱਚ ਦੁਕਾਨਾਂ ਵਗੈਰਾ ਵੀ ਹੈ ਸੀ ਦੁਕਾਨਾਂ ਦੀਆਂ ਆਹੋ ਕਚਰੀਆਂ ਦੀਆਂ ਅਤੇ ਉਹ ਜਾਂਦੇ ਰਹੇ ਉਹ ਚੀਜ਼ਾਂ ਚੂਜ਼ਾਂ ਖਰੀਦਣ ਹੈਂ ਖਾਣ ਪੀਣ ਜਾਂਦੇ ਸੀ ਬਹੁਤ ਸਬਜ਼ਾ ਸਿੱਧਾ ਲੈਂਦੇ ਸਿਗਟਾਂ ਸੁਗਟਾਂ ਉਦੋਂ ਵੀ ਸਿਗਟ ਪੀਂਦੇ ਸੀ ਮੈਂ ਤਾਂ ਹੁਣ ਵੀ ਨਹੀਂ ਪੀਂਦਾ ਉਦੋਂ ਪੀਂਦਾ ਹੀ ਸਗੋਂ ਅੱਛਾ ਉਦੋਂ ਪੀਂਦੇ ਸੀ ਉਹਦੇ ਮੁੰਡੇ ਖੁੰਡੇ ਜੇ ਅੱਛਾ ਹੁਣ ਨਹੀਂ ਪੀਂਦਾ ਸਹੀ ਹੋ ਗਿਆ ਤੁਸੀਂ ਮੈਂ ਹੁਣ ਵੇਖਿਆ ਪਤਾ ਲੱਗਾ ਤੁਸੀਂ ਹੁਣ ਵੀ ਰੇਹੜੀ ਪੱਠਿਆਂ ਦੀ ਵੱਢ ਲਿਆਉਂਦੇ ਹੋ ਆਹੋ ਮੈਂ ਪੱਠੀ ਦੱਸਦਾ ਨਹੀਂ ਦੱਸਦਾ ਨਹੀਂ ਵੀ ਮੈਂ ਹੁਣ ਮਾਮਲਾ ਮੈਂ ਕਰਾਉਂਦਾ ਅੱਛਾ ਵੱਲੋਂ ਕੀ ਜੇ ਪੈਲੀ ਜਿਵੇਂ ਲੋਕ ਪਾਉਂਦੇ ਨੇ ਅੱਛਾ ਤੈਨੂੰ ਪਤਾ ਹੀ ਸਾਹੋ ਕੀ ਹਾਂਜੀ ਕੋਈ ਵੱਲੋਂ ਕਿ ਆਉਂਦਾ ਕੋਈ ਤੂਰਾ ਆਉਂਦਾ ਕੋਈ ਸਮਸੇ ਦਾ ਇਹ ਲੋਕ ਲਾਂਭੇ ਦੇ ਸਾਰੇ ਬਾਉਂਦੇ ਕਰਦੇ ਨੇ ਅਤੇ ਮੈਂ ਉਹਨਾਂ ਕੋਲੋਂ ਮਾਮਲਾ ਵਸੂਲ ਤਾਂ ਮਾਸ਼ਾਅੱਲਾ ਸਿਹਤ ਸਹੀ ਹੈ ਨਾ ਹਾਂ ਤੈਨੂੰ ਦੱਸਿਆ ਨਹੀਂ ਵੀ ਮੁੰਡਾ ਅੱਛਾ ਬੜਾ ਮੁੰਡਾ ਉੱਥੇ ਲਾਹੌਰ ਉਸ ਤੋਂ ਜਿਹੜਾ ਛੋਟਾ ਉਹਦੇ ਨਾਲ ਸਹੀਦ ਹੈ ਅੱਛਾ ਤਿੰਨ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੇ ਅੱਛਾ ਉਹ ਜਿਹੜਾ ਸਹੀਦ ਹੈ ਨਾ ਹੁਣ ਤਾਂ ਉਹਦੇ 2 ਫੁੱਲ ਲੱਗ ਗਏ ਪਹਿਲਾਂ 1 ਸੀ ਅੱਛਾ ਇੰਸਪੈਕਟਰ ਹੈ ਇੰਸਪੈਕਟਰ ਹੈ ਫਰੂਕਾਬਾਦ ਅੱਛਾ ਉਹ ਸੈਂਟਰ ਨਹੀਂ ਨਹਿਰ ਦੇ ਨਾਲ ਅੱਛਾ ਅੱਛਾ ਅਤੇ ਤੁਹਾਡੇ ਪਿੰਡ ਵਾਲਾ ਸਲਾਮ ਜਾਣਦਾ ਉਹਨੂੰ ਉਹ ਇੱਥੇ ਵੀ ਆਇਆ ਕਿਤੋਂ ਫਿਰੀ ਸਲਾਮ ਉਹ ਫਿਰ ਕਦੂਨੀ ਆ ਜਿਹੜੀ ਆ ਲਾਹੌਰ ਵਾਲੀ ਸੜਕ 'ਤੇ ਹਾਂਜੀ ਬਾਈਪਾਸ ਹੈ ਉੱਥੇ ਸਕੂਲ ਹੈ ਬੜਾ ਸਖੜਾ ਅੱਛਾ ਪੰਪ ਹੈ ਪੰਪ ਦੇ ਨਾਲ ਹੈਂ ਉੱਥੇ ਅਸੀਂ ਜਗ੍ਹਾ ਲਈ ਇੱਕ ਨਾਲ ਹੁਣ ਉੱਥੇ ਮਕਾਨ ਪਾ ਰਹੇ 12 ਕਮਰੇ ਨੇ 12 ਦੇ ਵਿੱਚ 6 ਪਰ ਅਸੀਂ ਲੈਂਟਰ ਪਾ ਦਿੱਤਾ 5-7 ਦਿਨ ਹੋ ਗਏ 6 ਪਰ ਰਹਿੰਦਾ ਉਹ ਸੀ ਰਹਿੰਦਾ ਉਹ ਸਕੂਲ ਲੱਗਿਆ ਹੋਇਆ ਬੱਚੇ ਵੀ ਤੋ ਸੀ ਰਹੇ ਬੱਚੇ ਤੁਹਾਡੇ ਮਾਸ਼ਾਅੱਲਾ ਸਾਰੇ ਸੈਟਲ ਨੇ ਅੱਲਾ ਦਾ ਕਰਮ ਹੈ ਸਹੀ ਹੋ ਗਿਆ ਅੱਛਾ ਬਜ਼ੁਰਗੋ ਮੈਨੂੰ ਹੁਣ ਇਹ ਦੱਸੋ ਜਦੋਂ ਜਾੜੇ ਪਏ ਤੁਹਾਡੇ ਲੋਕਾਂ ਨੂੰ ਮੁਸਲਮਾਨਾਂ ਨੂੰ ਕਿੱਦਾਂ ਪਤਾ ਲੱਗਿਆ ਕਿੱਦਾਂ ਇਹ ਲੋਕ ਇੱਥੋਂ ਉੱਠੇ ਆਪਣੇ ਪਿੰਡੋਂ ਸਾਡੇ ਪਿੰਡ ਐਲਾਨ ਹੋ ਗਏ ਵੀ ਸਭ ਪਾਕਿਸਤਾਨ ਹੋ ਗਿਆ ਜਾਓ ਤੁਸੀਂ ਉੱਧਰ ਹੈਂ ਅਤੇ ਫਿਰ ਅਸੀਂ ਬੜਾ ਔਖਾ ਛੱਡਣਾ ਮੁਲ ਆਪਣਾ ਘਰ ਬੂਗਾ ਹੁਣ ਬੱਸਦਾ ਕੌਣ ਛੱਡਦਾ ਤੁਸੀਂ ਕੀ ਕਰਦੇ ਪਏ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਹੈਂ ਬਸ ਉਹ ਸ਼ਾਮ ਨੂੰ ਸਾਨੂੰ ਦੱਸਿਆ ਵੀ ਨਿਕਲ ਜਾਓ ਉਹ ਸਿੱਖ ਸਾਨੂੰ ਪੈ ਜਾਂਦੇ ਸੀ ਕੋਈ ਨਾ ਅੱਛਾ ਸਿੱਖਾਂ ਨੇ ਬਜ਼ੂਕਾ ਘੱਟ ਜਾਂ ਉਦੋਂ ਉੱਕਾ ਬਰਛੀਆਂ ਜਾਂ ਬਰਛੀਆਂ ਕੁੜੀਆਂ ਹੋਵੇ ਕੁਹਾੜੀਆਂ ਉਹ ਲੈ ਕੇ ਸਾਨੂੰ ਪੈ ਜਾਣੀਆਂ ਤੁਹਾਡੇ ਪਿੰਡ ਦੇ ਸਿੱਖ ਹੀ ਪੈਂਦੇ ਸੀ ਕਿ ਬਾਹਰੋਂ ਆਉਂਦੇ ਸੀ ਹੈਂ ਪਿੰਡ ਦੇ ਸਿੱਖ ਪੈਂਦੇ ਸੀ ਕਿ ਬਾਹਰੋਂ ਉਹਨਾਂ ਨੂੰ ਜਸੇ ਕਹਿੰਦੇ ਸੀ ਅੱਛਾ ਵੀ ਜਸਾ ਪੈ ਗਿਆ ਜਸ
ਉਹਨਾਂ ਨੇ ਬੜੇ ਲੋਕ ਫਨਾਹ ਕਰੇ ਨੇ ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ ਨਹੀਂ, ਲਾਮ ਦੇ, ਸਾਡੇ ਪਿੰਡ ਦੇ ਖੈਰ ਸੱਲਾ ਦੇ। ਅਤੇ ਦੂਸਰੀ ਗੱਲ ਇਹ ਆ ਵੀ ਪਹਿਲਾਂ ਤਾਂ ਐਲਾਨ ਹੋ ਗਿਆ ਸੀ ਵੀ ਨਿਕਲ ਜਾਓ, ਲੋਕ ਕੋਈ ਕਿਲਤ ਨਹੀਂ ਸੀ ਆਰਾਮ ਨਾਲ। ਇਹ ਜਿਹੜੇ ਨਾ ਲੋਕ ਦਾ ਪਤਾ ਨਹੀਂ, ਇਹ ਅੰਮ੍ਰਿਤਸਰ ਅਤੇ ਗੁਰਦਾਸਪੁਰ ਸੀ ਨਾ, ਇਹ ਲੱਗਦਾ ਬਾਰਡਰ 'ਤੇ ਹੈ। ਇਹ ਅੰਮ੍ਰਿਤਸਰ ਹੀ ਮਾਂਝਿਆਂ ਤਸਲੀ ਬੈਠੇ ਨੇ, ਕੁਛ ਸੱਜੇ ਖੁੱਬੇ ਕੋਈ ਗੁਰਮੁਖੇ ਕੁਛ ਆਹ ਹੋ ਗਏ, ਅੰਮ੍ਰਿਤਸਰ ਹੀ ਬੈਠੇ ਨੇ। ਇਹ ਮਰ ਜਾਣੇ ਇੱਥੋਂ ਉੱਥੋਂ ਉੱਠ ਕੇ ਉਹਦੇ ਵੜ ਗਏ, ਨੇੜੇ ਆ ਗਏ। ਗੱਡੀ ਆਈ ਅਗਾਂ ਤੋਂ, ਜੇਲਮ ਤੋਂ, ਗੁਜਰਾਤ ਤੋਂ ਰੇਲ ਗੱਡੀ। ਉਹ ਕੰਮ ਹੋ ਗਈ ਟੇਸ਼ਨ ਸੀ, ਉਹਨਾਂ ਨੇ ਟੇਸ਼ਨ 'ਤੇ ਖਿਲਾਰਨੀ ਸੀ ਹੈਂ, ਉਹਨਾਂ ਨੂੰ ਪੈ ਗਏ ਘੁਮਾਰ ਅੰਮ੍ਰਿਤਸਰੀਏ ਬੜੇ ਸੀ। ਉਹ ਕੰਮ ਹੋ ਗਏ ਇਹਨਾਂ ਨੇ, ਫਿਰ ਉਹ ਗੱਡੀ ਸਿੱਖਾਂ ਦੀ ਉਹ ਬੁੱਢੀਆਂ ਨਾ ਜਿਹੜੀਆਂ ਸਿੱਖਣੀਆਂ ਬਾਹਮਣੀਆਂ, ਉਹਨਾਂ ਦੇ ਜੇਵਰ ਖੋਲ੍ਹੇ ਹੈਂ, ਪੈਸੇ ਪੂਸੇ ਖੋਲ੍ਹੇ, ਕਾਜੂ ਦੀਆਂ ਸੀ ਜਿਹੜੀਆਂ, ਉਹ ਛੁਰੀਆਂ ਛਾਰੀਆਂ ਨਾਲ ਵੱਢ ਦਿੱਤੀਆਂ ਨਾ, ਉਹ ਮਰਿਆ ਮਰਿਆ ਜੀਉਂਦੀਆਂ। ਜਦੋਂ ਉਹ ਗੱਡੀ ਗਈ ਨਾ, ਫਿਰ ਸਾਡੇ ਤਾਂ ਬਹੁਤ ਉਹਨਾਂ ਨੇ ਵੇਚਿਆ, ਪਾਕਿਸਤਾਨ ਮੈਂ ਇਹ ਹਾਲ ਕਰਦੇ ਹਾਂ, ਅਸੀਂ ਨਾ ਲੋਕਾਂ ਦਾ ਨਾਲ ਕਰੀਏ, ਫਿਰ ਬਹੁਤਾ ਸਾਡੇ ਨਾਲ ਕਰਿਆ। ਫਿਰ ਉੱਠ ਗਏ ਸੀ ਉਸ ਵੇਲੇ ਪਿੰਡੋਂ? ਹੈਂ, ਪਿੰਡੋਂ ਉੱਠ ਗਏ ਸੀ ਆਪਣੇ? ਹਾਂ, ਉੱਠ ਗਏ। ਕਿੱਥੇ ਜਾ ਕੇ? ਅੰਬਾਲੇ ਕੰਪ, ਤਿੰਨਾਂ ਚੌਵਾਂ ਮੀਲਾਂ ਮੈਂ ਕੰਪ ਸੀ ਉਹ, ਅਤੇ ਇਸ ਵਕਤ ਉਸਦੇ ਮਗਰੋਂ ਨਿਕਲੇ ਸੀ, ਗੱਡੇ ਗੁੱਡੇ ਥੇ ਉਹਨਾਂ, ਉਹ ਜੋੜ ਕੇ ਨਿਕਲ ਗਏ। ਨਹੀਂ, ਆਪਣਾ ਸਮਾਨ ਸਮੂਨ ਅਤੇ ਹਾਂ ਜਿਹੜਾ ਕੋਈ ਮਾੜਾ ਮੋਟਾ ਉਹ ਗੱਡਿਆਂ 'ਤੇ ਰੱਖ ਲਿਆ, ਕੰਪ ਮੈਂ ਚਲੇ ਗਏ ਉਸੇ ਗੱਡੇ। ਫਿਰ ਪਾ ਕੁਹਾੜੀਆਂ ਨਾਲ ਪਾੜ ਪਾੜ ਕੇ ਗੱਡੇ ਸਭ ਫੂਕਦੇ, ਝੁੰਗੀਆਂ ਲਾਈਆਂ ਜਿਵੇਂ ਗੱਗੜ ਨਹੀਂ, ਅੱਛਾ ਆ ਗਗੜੇ ਨਹੀਂ, ਹਾਂਜੀ ਐਸਾ ਝੁੰਗੀਆਂ ਲਾਈਆਂ ਹੋਈਆਂ। ਤਿੰਨਾਂ ਚੌਵਾਂ ਮੀਲਾਂ ਵਾਂ ਸੀ, ਕਰਨਾਲ, ਅੰਬਾਲਾ, ਪਟਿਆਲਾ, ਇਕੱਠੇ ਹੋ ਗਏ ਲੋਕ। ਅਤੇ ਉੱਥੇ ਕੀ ਖਾਂਦੇ ਸੀ? ਖਾਂਦੇ ਕੀ ਸੀ? ਬਸ ਚਾਹ, ਉੱਥੇ ਕਲਫਿਊ ਲਾਇਆ ਸੀ ਗੋਰਖਿਆਂ ਦੀ ਫੌਜ ਦੀ ਕੁੜੀ ਚੋ ਐਡੇ, ਚਾਰ ਸਵੇਰੇ ਉਹਨਾਂ ਨੇ ਨਾ ਬਾਹਰੋਂ ਅੰਦਰ ਜਾਣ ਦੇਣਾ ਨਾ ਅੰਦਰੋਂ ਨਿਕਲਣ ਦੇਣਾ, ਚਾਰ ਵਜੇ ਵੀ ਉਹਨਾਂ ਨੇ ਛੁੱਟੀ ਕਰ ਦੇਣੀ, ਫਿਰ ਅਸੀਂ ਸ਼ਹਿਰ ਚਲੇ ਜਾਣਾ ਜਿਵੇਂ ਜਿਵੇਂ ਕਿਸੇ ਵਕ ਬਸ ਮਸਰ ਹੈ ਜਿਹੜੀ ਮਸਰੀ, ਉਹਦੇ ਤਾਂ ਉਤਸਾਹ ਬਹੁਤ ਹੁੰਦੀ ਸੀ, ਇਹ ਲਿਆਉਣੀ ਰੋਟੀਆਂ ਪਕਾ ਕੇ ਜੀ ਖਾ ਲੈਣੀਆਂ, ਜਿਹੜੀ ਸ਼ਾਇਦ ਸਸਤੀ ਲੱਭਣੀ, ਉਦੋਂ ਨਹੀਂ ਸੀ ਇੰਨੀ ਮਹਿੰਗੀ, ਪੈਸਾ ਨਹੀਂ ਸੀ ਔਖਾ, ਹੁਣੀ ਮਹਿੰਗਾਈ ਹੋਈ, ਉਦੋਂ ਕੋਈ ਨਹੀਂ ਸੀ, ਉਹ ਸ਼ਾਇਦ ਖਾਣੀ ਕੋਈ ਨਾ। ਜਦੋਂ ਤੁਸੀਂ ਪਿੰਡ ਛੱਡਿਆ ਉਦੋਂ ਤੁਹਾਡੇ ਪਿੰਡ ਦਾ ਬੰਦਾ ਤਾਂ ਨਹੀਂ ਮਰਿਆ ਕੋਈ ਉੱਥੇ? ਇੱਕ ਮਰਿਆ। ਉਹ ਕਿਵੇਂ? ਉਹ ਪੱਠੇ ਲੈਣ ਜਾਂਦੇ ਸੀ, ਮੈਂ ਵੀ ਨਾਲ ਜਾਂਦਾ ਸੀ ਢੱਗੇ 'ਚ ਰੱਖੇ ਵੇ। ਅੱਛਾ। ਉਹ ਜਦੋਂ ਗਏ ਉਹ ਗੋਰਖਿਆਂ ਨੇ ਭੈਣ ਚੋਦਾਂ ਨੇ ਗੋਲੀ ਮਾਰੀ, ਉਹ ਮੇਰੇ ਮੂਹਰੇ ਸੀ, ਅਸੀਂ ਪਿੱਛੇ ਸੀ, ਉਹ ਮਰ ਗਿਆ ਕੈਂਪ ਦੇ ਵਿੱਚ। ਕੈਂਪ ਦੇ ਵਿੱਚ? ਅੱਛਾ, ਗੋਰਖਿਆਂ ਨੇ ਮਾਰੀ? ਗੋਰਖਿਆਂ ਨਾਲ ਜਿਹੜੀ ਉਹਨਾਂ ਦੀ ਫੌਜ ਸੀ, ਅਸੀਂ ਜਾਂਦੇ ਤੇ ਪੱਠੇ ਮੀਲ ਮੀਲ ਦੋ ਦੋ ਮੀਲ 'ਤੇ ਵੱਢ ਕੇ ਲਿਆਉਣੇ ਸਭਾ ਸਭ। ਅੱਛਾ, ਡੰਗਰਾਂ ਵਾਸਤੇ ਹੈਂ। ਅਤੇ ਉਹਨਾਂ ਨਾਲ ਜਦੋਂ ਉਹ ਗਿਰ ਗਿਆ, ਅਸੀਂ ਟਾਹਲੀ ਖੜੀ ਜਾਂ ਟਾਹਲੀ ਦੇ ਨਾਲ ਲੱਗ ਕੇ ਵੀ ਕੁੜੀ ਜਗ੍ਹਾ ਖੂ, ਫਿਰ ਮਾਰੇਗਾ ਟਾਹਲੀ ਨਹੀਂ ਬੱਝੀ ਸਾਨੂੰ। ਅੱਛਾ। ਫਿਰ ਉਹ ਘੜੀ ਕੁ ਪਿੱਛੋਂ ਅਸੀਂ ਪਿਛਾ ਨੱਠੀਆਂ, ਦਫ਼ਾ ਕਰੋ। ਅੱਛਾ, ਫਿਰ ਤੁਸੀਂ ਕਿੰਨੇ ਦਿਨ ਰਹੇ ਹੋ ਕੈਂਪ ਦੇ ਵਿੱਚ? ਹੈਂ, ਅਸੀਂ ਥੋੜ੍ਹੀ ਰਹੇ ਨੇ। ਕਿੰਨੇ ਕੁ ਦਿਨ? ਅਸੀਂ 10-20 ਦਿਨ ਰਹੇ, ਸਾਡਾ ਰਿਸ਼ਤੇਦਾਰ ਸੀ, ਫਿਰ ਉਹ ਸਾਨੂੰ ਲੈ ਆਇਆ। ਕਿੱਥੇ ਫਿਰ ਲੈ ਕੇ ਆਇਆ ਤੁਹਾਨੂੰ? ਹੈਂ, ਕਿੱਦਾਂ ਲੈ ਕੇ ਆਇਆ? ਉਹ ਬਾਈ ਤਾਂ ਲੰਮੀ ਗੱਲ ਹੈ ਯਾਰ, ਥੋੜ੍ਹੀ ਦੱਸੋ ਨਾ। ਅਤੇ ਮੇਰੇ ਭਰਾ ਦਾ ਸਾਲਾ ਸੀ। ਅੱਛਾ। ਉਹ ਪਹਿਲੇ ਹੀ ਇੱਥੇ ਨਾ ਕਰਾਚੀ ਜਿਹੜਾ ਬੰਦਰਗਾਹ ਨਹੀਂ ਬੰਬਈ, ਹਾਂਜੀ, ਉਹ ਇੱਥੇ ਭਰਤੀ ਸੀ। ਅੱਛਾ। ਫੌਜ ਵਿੱਚ, ਨੇਵੀ ਕਹਿੰਦੇ ਉਹਨੂੰ। ਅੱਛਾ। ਉਹ ਨੇਵੀ ਵਿੱਚ ਇੱਥੇ ਹੀ ਪਹਿਲਾਂ ਹੀ ਮੁਲਾਜ਼ਮ ਸੀ। ਉਹਦੀ ਉਹਦਾ ਇੱਕ ਭਾਈ ਸੀ, ਇੱਕ ਭਰਜਾਈ ਸੀ, ਇੱਕ ਉਹਦੀ ਮਾਂ ਸੀ। ਉਹ ਤਿੰਨਾਂ ਦਾ ਨਾ ਇੱਥੋਂ ਆਰਡਰ ਹੋ ਗਿਆ ਵੀ ਜਿਹੜੇ ਮੁਲਾਜ਼ਮ ਬੰਦੇ ਨੇ ਨਾ, ਆਪਣੇ ਖਾਨਦਾਨ ਨੂੰ ਲਿਆਓ, 30 ਗੱਡੀਆਂ ਫੌਜੀਆਂ ਦੀਆਂ, ਮੁਲਾਜ਼ਮਾਂ ਨੂੰ ਗੱਡੀਆਂ ਮਿਲ ਗਈਆਂ ਹੈਂ, ਵੀ ਜਾਓ ਤੁਸੀਂ ਆਪਣੇ ਖਾਨਦਾਨ ਨੂੰ ਲਿਆਓ। ਉਹ ਫਿਰ ਲੈ ਗਏ, ਉਹ ਉਹਦਾ ਭਰਾ ਅਤੇ ਉਹਦੀ ਮਾਂ, ਉਹ ਪੈਦਲ ਗਾਫਲੇ ਮੈਂ ਚਲੇ ਗਏ, ਪੈਦਲ ਗਾਫਲੇ ਵੀ ਆਇਆ ਨਾ, ਉਹਦਾ ਨਿਕਲ ਗਏ। ਉਹ ਰਾਤ ਦਿਨ ਸਾਨੂੰ ਆਖਣ ਲੱਗੇ, ਮੈਂ ਕਿਹਾ ਉਹ ਤਾਂ ਚਲੇ ਗਏ, ਕਹਿੰਦਾ ਫਿਰ ਤੁਸੀਂ ਚੱਲੋ। ਅੱਛਾ। ਫਿਰ ਉਹ ਸਾਨੂੰ ਲੈ ਆਇਆ ਗੱਡੀਆਂ 'ਚ। ਹਾਂ, ਗੱਡੀਆਂ 'ਚ। ਤੁਸੀਂ ਫਿਰ ਆਏ ਲਾਹੌਰ? ਲਾਹੌਰ ਰਾਤ ਰਹੇ, ਫਿਰ ਅਸੀਂ ਮੁਲਤਾਨ ਚਲੇ ਗਏ, ਤਹਿਸੀਲ ਬਿਹੜੀ, ਹੁਣ ਤਾਂ ਜ਼ਿਲ੍ਹਾ ਹੋ ਗਿਆ। ਅੱਛਾ। ਬਿਹੜੀ, ਹਾਂ, ਰਿਸ਼ਤੇਦਾਰ ਜੇ ਸੀ, ਉਸੇ ਵੀ ਥਾਣੇਦਾਰ ਸੀ। ਅੱਛਾ। ਉਸੇ ਚਲੇ ਗਏ, ਉਸੇ ਰਹੇ 7 ਸਾਲ। 7 ਸਾਲ ਫਿਰ ਅਸੀਂ ਉਰੇ ਆ ਗਏ ਇਸ ਪਿੰਡ। ਉਸੇ ਜ਼ਮੀਨ ਨਾ ਪਈ ਸਾਨੂੰ ਹੈਂ, ਅਸੀਂ ਗਲਤੀ ਕਰੀ, ਪਟਵਾਰੀ ਸਾਨੂੰ ਬਥੇਰਾ ਆਖੇ ਵੀ ਤੁਸੀਂ ਪਵਾ ਲਓ, ਅਸੀਂ ਕਹਿੰਦੇ ਅਸੀਂ ਨਹੀਂ ਪਵਾਉਣੀ, ਅਸੀਂ ਸਰਗੋਧੇ ਪਵਾ ਲਈ।
ਕੱਸੀ ਜਨੂਬੀ ਸੀ, ਉਹ ਕੱਸੀ ਜਨੂਬੀ ਪਾ ਲਈ। ਉਹ ਸਾਡੀ ਬਰਾਦਰੀ ਦੇ ਬੰਦਾ ਸੀ, ਉਹਨੇ ਕੁੜੀ ਦਾ ਦਰਖਾਸਤ ਦੇ ਦਿੱਤੀ ਵੀ ਸਾਡਾ ਰਿਸ਼ਤੇਦਾਰ ਹੈ ਲੱਗਦਾ, ਇਹਦੇ ਥਾਣੇਦਾਰ ਹੈ, ਇਹਨਾਂ ਨੇ ਜ਼ਮੀਨ ਪਵਾ ਲਈ, ਅਸੀਂ ਲਾਟੀ ਹੈ, ਸਾਨੂੰ ਲੱਭੀ ਕੋਈ ਨਹੀਂ, ਇਹ ਮੁਲਤਾਨ ਦੇ ਲਾਟੀ ਨੇ, ਉਹਨਾਂ ਸਾਨੂੰ ਕੱਟਤੀ, ਜਾਓ ਕਹਿੰਦਾ ਤੁਸੀਂ ਉਹ ਮੁਲਤਾਨ ਲਓ। ਫਿਰ ਮੈਂ ਖੁਦ ਆਇਆ ਇੱਥੇ, ਮੁਲਤਾਨੋਂ, ਹਾਂ ਹਾਂ, ਇੱਥੇ ਆ ਕੇ ਫਿਰ ਮੈਂ ਟਰਾਈ ਕਰਿਆ ਸਮਸਾ ਨਾ ਜਿਹੜਾ, ਉੱਥੇ ਬੜੀ ਜ਼ਮੀਨ ਪਈ ਸੀ, ਮੇਰੀ ਬਰਾਦਰੀ ਵੀ ਬੈਠੀ ਹੈ, ਨਾਲ ਇਕੱਠੇ ਸੀਗੇ, ਉਰੀ ਆ ਕੇ ਫੌਜ ਹੋਇਆ, ਭਾਈ ਵੀ ਬਾਪ ਵੀ ਮਾਈ ਪਿੱਛੇ ਫੌਜ ਹੋ ਗਈ ਸੀ। ਉਹ ਫਿਰ ਜਿਹੜੇ ਸਮਸੇ ਬੈਠੇ ਸੀ, ਤੂੰ ਖਰੇ ਗਿਆ ਕਿ ਨਹੀਂ ਗਿਆ, ਉੱਥੇ ਜੱਟਾਂ ਦਾ ਜ਼ੋਰ ਹੈ ਬਹੁਤ, ਵਸਨੀ ਜਿਹੜੇ ਵਸੀਂਦੇ ਨੇ ਸਮਸੇ ਢੱਡੇ, ਮੈਂ ਕਿਹਾ ਮੈਂ ਨਹੀਂ ਇੱਥੇ ਪੈਲੀ ਪਾਉਂਦਾ, ਕੁੜੀਆਂ ਸਾਰੀ ਰਾਤ ਸਾਰੀ ਉਮਰ ਇਹ ਜੁੱਤੀਆਂ ਖਾਵਾਂਗੇ ਇਹਨਾਂ ਦੇ, ਆਹ ਛੋਟਾ ਜਿਹਾ ਪਿੰਡ ਹੈ, ਇੱਥੇ ਕੋਈ ਜੱਟ ਨਹੀਂ, ਸਾਰੇ ਮਹਾਜਰ ਨੇ, ਕੱਬੀਕਾਰੀ ਜੇ ਜੋਰਾਂ ਪਰਾਂ ਆ ਗੁੱਜਰ ਆ ਜਿਹੜੇ, ਇਹ ਵੀ ਉਰੇ ਆ ਗਏ, ਉਰੇ ਆ ਗਏ ਵਿਚਾਰੇ। ਕਸਬੇ ਵਾਲਾ ਮਰ ਗਿਆ ਵਿਚਾਰਾ, ਗਫੂਰ ਕੜਿਆਰ ਲੰਬੜਦਾਰ ਸੀ ਕਸਬੇ ਦਾ ਸੀ, ਉਹ ਵੀ ਬੜਾ ਬੇਲੀ ਸੀ ਮੇਰਾ, ਉਹ ਮੁੱਛ ਰੱਖੀ ਵੀ ਗੋਰਾ ਸੋ। ਇੱਕ ਮਾਂ ਬਾਪ ਦੀ ਔਲਾਦ ਨਾ ਕੱਢ ਦਿੰਦੀ ਕਿ ਮੇਟ ਦਿੰਦੀ ਹੈ, ਉਹਦਾ ਇੱਕੋ ਹੀ ਮੁੰਡਾ ਸੀ, ਪੋਤੇ ਉਹਦੇ ਕਈ ਨੇ, ਉਹਦੀ ਸਕੂਲ ਕੋਲ ਪੈ ਰਹੀ ਸੀ ਸੜਕੋਂ ਪਹਾੜ 28 ਕਿੱਲੇ, ਹੈਂ, ਉਹ ਜਦੋਂ ਗਫੂਰ ਮਰ ਗਿਆ ਉੱਥੇ ਸਾਰਾ ਇਲਾਕਾ ਉਹਨੂੰ ਜਾਣਦਾ ਸੀ, ਉਹ ਮਰ ਗਿਆ, ਉਹਦੇ ਮੁੰਡੇ ਨੇ 5.5 ਲੱਖ ਨੂੰ ਦੇ ਦਿੱਤੀ, ਉੱਥੇ ਜਾ ਕੇ ਦੁਕਾਨਾਂ, ਉਹ ਦੁਕਾਨਾਂ ਦਾ ਕੱਚੀ ਇਹਦੇ ਪੱਕੀ ਦੀਵਾਰ ਹੈ, ਸਾਡੇ ਨਾਲ ਹੋਰ ਸ਼ਾਇਦ ਕੋਈ ਨਹੀਂ ਆਈ, ਇਹ ਆਈ ਹੈ, ਜ਼ਮੀਨ ਆਈ ਹੈ, ਹੈਂ, ਅਤੇ ਉਹ ਬਰਬਾਦ ਕਰਤੀ ਉਹਨੇ। ਹਾਜ਼ੀ ਲੰਬੜਦਾਰ ਸੀ, ਉਹਨੂੰ ਮੈਂ ਬੜਾ ਜਾਣਦਾ ਸੀ, ਸਿਕੰਦਰ ਭਲਵਾਨ ਸੀ ਜਿਹੜਾ ਫਕੀਰ ਸੈਨ ਦਾ ਪਿਓ, ਉਹਦਾ ਮੁੰਡਾ ਉਹ ਪੋਤਰ ਆਲੀ ਸੈਨ, ਹਾਂਜੀ, ਉਹ ਸਿਪਾਹੀ ਹੈ, ਹੁਣ ਪਤਾ ਨਹੀਂ ਕਿ ਇੱਥੇ ਚੌਂਕੀ ਵੀ ਰਿਹਾ। ਅੱਛਾ ਬਜ਼ੁਰਗੋ, ਇਹ ਦੱਸੋ ਪਿੰਡ ਦੀ ਕਦੀ ਚੇਤਾ ਆਇਆ ਪਿੰਡ ਦਾ? ਹਾਂ, ਬੜਾ ਚੇਤਾ ਤਾਂ ਬੜਾ ਆਇਆ, ਇੱਥੇ ਤਾਂ ਹਿਸਾਬ ਕਿਤਾਬ ਨਹੀਂ ਛੱਡਿਆ ਜਾਂਦਾ, ਨਹੀਂ ਕਦੀ ਜਾਣ ਨੂੰ ਦਿਲ ਨਹੀਂ ਕੀਤਾ, ਹੈਂ, ਕਦੀ ਪਿੱਛੇ ਜਾਣ ਨੂੰ ਦਿਲ ਨਹੀਂ ਕੀਤਾ, ਬੜਾ ਜੀ ਕਰਦਾ, ਐਵੇਂ ਝੂਠ ਬੋਲਾਂ, ਤੂੰ ਯਕੀਨ ਕਰੀ ਅੱਲਾ ਦੀ ਖੈਰ ਹੈ, ਪੈਲੀ ਵੀ ਹੈ ਪੈਸੇ ਵੀ ਇੰਨਾ ਨਾ, ਜੇ ਤੂੰ ਮੁਸਲਮਾਨ ਹੈ ਖਾਨੇ ਕਾਹਵੇ ਲੋਕ ਜਾਂਦੇ ਨੇ, ਮੈਨੂੰ ਬਥੇਰਾ ਲੈ, ਮੇਰਾ ਉਹਦੇ ਨਹੀਂ ਜੀ ਕਰਦਾ, ਮੈਂ ਉਹਨਾਂ ਵੀ ਇੰਡੀਆ ਫਿਰਿਆ ਵਾਂ, ਮੈਂ ਆਪਣਾ ਘਰ ਬੂਹਾ ਦੇਖ ਰਿਹਾ ਵਾਂ। ਅੱਛਾ, ਨਾ ਤੁਸੀਂ ਖਾਨਾ ਕਾਬਾ ਜਾਂਦੇ ਹੋ, ਨਾ ਤੁਸੀਂ ਆਪਣੇ ਪਿੰਡ ਜਾਂਦੇ ਹੋ? ਜੀ ਤਾਂ ਕਰਦਾ, ਇੱਧਰ ਨੂੰ ਉੱਧਰ ਨੂੰ ਘੱਟ ਕਰਦਾ, ਸਗੋਂ ਇੱਧਰ ਨੂੰ ਬਹੁਤਾ ਕਰਦਾ, ਮੈਂ ਕਿਹਾ ਉਸਦਾ ਪਤਾ ਕਰਾਂ ਵੀ ਕਿੱਥੇ ਦੇ ਲੋਕ ਸਿੱਖ ਸਾਡੇ ਪਿੰਡ ਬੈਠੇ ਨੇ। ਅੱਛਾ, ਹੈਂ, ਤੁਹਾਨੂੰ ਨਹੀਂ ਪਤਾ ਚੱਲਿਆ? ਨਾ ਨਾ, ਮੈਂ ਗਿਆ ਨਾ, ਮੇਰੇ ਕੋਲ ਟੈਲੀਫੋਨ ਸੀ। ਜੇ ਹੁਣ ਤੁਹਾਨੂੰ ਸੱਦਣ ਉਸ ਪਿੰਡ ਦੇ ਬੰਦੇ, ਹੈਂ, ਹੁਣ ਤੁਰ ਤੁਰ ਤਾਂ ਲੈਂਦੇ ਹੋ ਨਾ, ਹਾਂ, ਪੱਠੇ ਵੀ ਵੱਢ ਲੈਂਦੇ ਹੋ, ਹਾਂ, ਅਤੇ ਹੁਣ ਅਗਰ ਵੀਜ਼ਾ ਲੱਗ ਜਾਏ ਤੁਹਾਡਾ, ਹਾਂ ਜੀ, ਜਿਹੜੇ ਇੱਥੇ ਦੇ ਸਿੱਖ ਹੈ ਨਾ, ਹਾਂਜੀ, ਉਹ ਕਰਨਾਲ ਬੈਠੇ ਨੇ। ਅੱਛਾ, ਰੰਬਾ ਪਿੰਡ ਹੈ ਰੰਬਾ, ਅੱਛਾ, ਸਾਰਾ ਰਾਜਪੂਤਾਂ ਦਾ, ਉਹ ਸਹੀ ਕਰਨਾਲ ਵਿੱਚ ਉਹ ਸਿੱਖ ਉਰੇ ਦੇ ਉੱਥੇ ਬੈਠੇ ਨੇ। ਇੱਥੇ ਆਇਆ ਕੋਈ ਇੱਥੋਂ ਦਾ ਪਿੰਡ ਦਾ ਬੰਦਾ? ਇੱਥੇ ਦਾ ਮੋਚੀ ਸੀ ਬਸਿੰਦਾ। ਅੱਛਾ, ਉਹ ਮੋਚੀ ਫਿਰ ਗਿਆ, ਉਹਨਾਂ ਨੂੰ ਮਿਲ ਕੇ ਆਇਆ। ਅੱਛਾ ਅੱਛਾ ਅੱਛਾ, ਉਹਨੇ ਦੱਸਿਆ ਵੀ ਰੰਬਾ ਪਿੰਡ ਹੈ ਅਤੇ ਕਰਨਾਲ ਵਿੱਚ ਹੈ, ਅਤੇ ਸਾਡੀ ਜਾਇਦਾਦ ਨੂੰ ਕਹਿੰਦਾ ਬੜੀ ਕੰਮ ਦੀ ਜਾਇਦਾਦ ਹੈ ਤੁਹਾਡੀ, ਕਿਉਂਕਿ ਨਾ ਕਲਰ ਨਾ ਸੂਰ, ਬੜੀ ਪੈਲੀ ਬੜੀ ਢਿੱਲ ਵਾਲੀ ਸੀ, ਬੜੀ ਫਸਲ ਹੁੰਦੀ ਸੀ, ਬੇਵਾ। ਤੁਹਾਨੂੰ ਫਿਰ ਤੁਹਾਡੇ ਪਿੰਡ ਦੇ ਬੰਦੇ ਨਾਲ ਗੱਲ ਕਰਵਾਈਏ? ਹਾਂ, ਕਰਵਾ ਦੇ ਫਿਰ ਬਿਹਤਰ ਹੈ, ਫਿਰ ਮੈਂ ਕਰਾਂਗਾ ਉਹਦੇ ਨਾਲ ਗੱਲ, ਵੀਡੀਓ ਕਾਲ ਵੀ ਕਰਾਈਏ ਅਤੇ ਨਾਲ ਤੁਹਾਨੂੰ ਪਿੰਡ ਵੀ ਵਿਖਵਾਈਏ, ਹੈ ਨਾ, ਉੱਥੋਂ ਵੀਡੀਓ ਮੰਗਵਾਈਏ ਪਿੰਡ ਦੀ, ਹਾਂ, ਉਹ ਵੇਖ ਲਵੋ, ਹੈ ਨਾ, ਅਗਰ ਜਾ ਨਹੀਂ ਸਕਦੇ ਤਾਂ। ਹੋਰ ਕੋਈ ਗੱਲਬਾਤ ਯਾਦ ਆ ਪਿੰਡ ਦੀ? ਬਸ ਇਹੀ ਹੈ ਜਿਹੜੀ ਤੂੰ ਕਰ ਲਈ, ਛੋਟਾ ਜਿਹਾ ਪਿੰਡ ਸੀ, ਹੁਣ ਤਾਂ ਨਕਸ਼ਾ ਬਦਲ ਗਿਆ ਹੋਣਾ, ਅਤੇ ਹੋਰ ਇੱਥੇ ਤਾਂ ਬਦਲ ਗਿਆ, ਉੱਥੇ ਤਾਂ ਨਹੀਂ ਬਦਲਿਆ, ਪਾਕਿਸਤਾਨ ਦਾ ਮਕਾਨਾਂ ਮਕੂਨਾਂ ਦਾ ਬਹਿੰਦਾ ਨਹੀਂ, ਕੀ ਹਾਲਾਤ ਨੇ, ਸ਼ਹਿਰ ਬਣ ਗਏ, ਕਦੀ ਸ਼ਹਿਰਾਂ ਬਣ ਗਏ, ਇਹੋ ਜਿਹੇ ਮਕਾਨ ਜਿਹੇ ਜਿਹੇ ਪਿੰਡਾਂ 'ਚ ਪੈ ਗਏ ਲੋਕਾਂ ਦੇ। ਅੱਛਾ ਜੀ, ਇਹ ਰੇਹੜੀ ਬਾਰੇ ਦੱਸੋ ਜੀ, ਸੁਣਿਆ ਅਖਬਾਰ ਦੇ ਵਿੱਚ ਵੀ ਖਬਰ ਆਈ ਸੀ, ਇਹ ਕੀ ਬਾਬਾ ਜੀ ਮਾਜਰਾ ਸੀ?
ਦੱਸੋ ਕਿਵੇਂ ਲਿਆਂਦੀ ਜੀ, ਰੇੜ ਕੇ ਦੱਸੋ ਜੀ, ਰੇੜ ਕੇ ਕਿਵੇਂ? ਰੇੜ ਕੇ ਲਿਆਂਦੀ ਜੀ, ਇੱਥੋਂ ਫੜ ਕੇ ਗਏ। ਕਿੱਥੋਂ ਰੇੜ ਕੇ ਲਿਆਂਦੀ ਸੀ? ਸ਼ੇਖਪੁਰਿਓ। ਅੱਛਾ, ਸ਼ੇਖਪੁਰਿਓ। ਹੋਰ ਲੈ, ਅੱਛਾ ਫੜ ਕੇ ਨਾ। ਹਾਂਜੀ ਲੰਬੜਾ ਦੁੱਕੀ ਕਰਦਾ ਅਸੀਂ ਰੱਖਦੇ, ਅਸੀਂ ਪਿੰਡੋਂ ਟਰਾਲੀ ਲਿਆਉਂਦੇ। ਮੈਂ ਜਦ ਦਫ਼ਾ ਹੋਵੋ, ਮੈਂ ਜਿੰਨੇ ਤੁਸੀਂ ਟਰਾਲੀਆਂ ਲਿਆਉਂਗੇ ਨੀਚੇ ਨੂੰ ਮੈਂ ਪਿੰਡ ਪਹੁੰਚ ਜੂ। ਮੈਂ 12-1 ਵਜੇ ਆਪਣੇ ਘਰ ਆ ਗਿਆ। ਕਿਹੜੇ ਸੰਨ ਦੀ ਗੱਲ ਆ? ਬਾਬਾ 2-3 ਸਾਲ ਹੋ ਗਏ, ਚਾਰ ਮੁੰਡੇ ਕਹਿੰਦੇ ਨੇ। 4 ਸਾਲ ਲਾ ਲਓ, 16 ਦੀ ਮਤਲਬ 16 ਦੀ ਗੱਲ ਜੇ। ਅਗਰ ਅੱਜ ਕੱਲ੍ਹ ਤੁਹਾਨੂੰ ਕਿਹਾ ਜਾਵੇ ਬਈ ਇੱਥੋਂ ਜਾ ਕੇ ਰੇੜ ਕੇ ਲੈ ਜਾ ਸ਼ੇਖੂਪੁਰੇ, ਤੁਸੀਂ ਲੈ ਜਾਂਦੇ ਹੋ? ਨਹੀਂ ਜੀ, ਸਾਡੇ ਕੋਲ ਨਹੀਂ ਜਾਂਦੇ ਬਾਬੇ। ਅੱਛਾ, ਹਲੇ ਵੀ ਡੰਗਰਾਂ ਨੂੰ ਪੱਠੇ ਪਾਉਂਦੇ ਨੇ ਆਪਣਿਆਂ ਨੂੰ? ਰੇੜੀ ਬਾਬੇ ਨੇ ਆਪ ਲਿਆਂਦੀ ਯਾਰ, ਰੋਜ਼ ਪੱਠੇ ਲਿਆਉਂਦੇ ਨੇ, ਆਪੀ ਧਾਰ ਕਰਦੇ ਨੇ। ਗੱਲ ਨਾ ਆਪੇ ਹੀ ਚੁੰਦੇ ਨੇ ਜੀ, ਰੇੜੀ ਜੀ ਨਹੀਂ ਹੈਗੀ। ਹਾਂਜੀ, ਅੱਲਾ ਸਿਹਤ ਦੇਵੇ ਨਾ। ਹਾਂਜੀ, ਮੈਨੂੰ ਬਿਮਾਰੀ ਕੋਈ ਨਹੀਂ, ਜਦੋਂ ਮੈਂ ਇੱਥੇ ਪੈੜੀ ਪਵਾਈ ਹੈ ਨਾ। ਹਾਂਜੀ, ਇਹ ਨਸ਼ਹਿਰਾ ਹੁਣ ਪੱਕੀ ਤਹਿਸੀਲ ਹੋਈ ਆ। ਅੱਛਾ, ਹੁਣ ਜੱਜ ਜੁੱਜ ਬਹਿੰਦੇ ਰਾਮ ਪਰਾਂ, ਪਹਿਲਾਂ ਕੱਖ ਨਹੀਂ ਸੀ। ਤਹਿਸੀਲਦਾਰ ਆਉਂਦਾ ਹੁੰਦਾ ਸੀ 8 ਦਿਨੀ, ਮੰਗਲ ਬੁੱਧ ਨੂੰ, ਨਾਇਬ ਤਹਿਸੀਲਦਾਰ, ਉਹਨਾਂ ਆ ਕੇ ਜਿਹੜੇ ਕੋਈ ਕੰਮ ਕੁੰਮ ਹੋਣ। ਉਹ ਮੈਂ ਇੱਕ ਦਰਖਾਸਤ ਦੇਣੀ ਸੀ ਤਹਿਸੀਲਦਾਰ ਦੇ, ਉਹ ਆਇਆ ਕੋਈ ਨਾ ਨਸ਼ਹਿਰਾ ਲਾਲਾ ਸਾਹਿਬ ਤੂੰ, ਨਸ਼ਹਿਰਾ ਨਾ ਆਇਆ। ਹਾੜ ਦਾ ਮਹੀਨਾ ਹੈ, ਮੈਂ ਰੋਟੀਆਂ 2 ਬੰਨ ਲਈਆਂ ਪੱਲੇ, ਅੱਛਾ ਸੁੱਕੂ ਖਾ ਲਈਆਂ, ਕਿਉਂਕਿ ਦਿਨ ਲੰਬੇ ਹੁੰਦੇ ਨੇ, ਗਰਮੀ ਬੜੀ ਹੁੰਦੀ। ਉਹ ਨਸ਼ਹਿਰਾ ਕਹਿੰਦੇ ਕੋਈ ਨਹੀਂ ਆਇਆ ਤਹਿਸੀਲਦਾਰ, ਤਾਂ ਹੁਣ ਅਗਲੇ ਮੰਗਲ ਆਊਗਾ। ਮੈਂ ਸੜਕੇ ਪਿਆ ਗੁਜਰਾਲਾ ਚਲਿਆ ਗਿਆ ਤੁਰਦਾ ਹੀ। ਹੋਰ ਅੱਛਾ, ਆ ਜਿਹੜੀ ਸੜਕ ਹੁਣ ਬੁੱਢੇ ਗਰਾਏ ਨੂੰ ਹੁਣ ਪੱਕੀ ਹੋ ਗਈ। ਹਾਂਜੀ ਹਾਂਜੀ, ਤੇ ਜਿਉਂ ਸੜਕੇ ਪਿਆ ਮੈਂ ਕਚਹਿਰੀ ਚਲਿਆ ਗਿਆ। ਅੱਲਾ ਨਾਲ ਬਰਕਤ ਪਾਈ, ਉਹ ਤਹਿਸੀਲਦਾਰ ਮਿਲ ਗਿਆ। ਅੱਛਾ, 12-1 ਵਜੇ ਉਹਨੇ ਸੈਨ ਕਰਤੇ। ਮੈਂ ਉੱਥੋਂ ਫਿਰ ਵਾਪਸ ਨਾ ਕੰਮੋ ਕੀ ਨੂੰ ਜਿਹੜੀ ਸੜਕ ਆਉਂਦੀ, ਚਾਂਦਾ ਕਿਲਾ ਦੇਖਿਆ ਹੋਣਾ, ਕੰਗਣੀ ਵਾਲਾ ਚਾਂਦਾ ਕਿਲਾ। ਫਿਰ ਮੈਂ ਕਚਹਿਰੀਆਂ 'ਚ ਉੱਥੇ ਆ ਗਿਆ, ਰਿਸ਼ਤੇਦਾਰ ਰਹਿੰਦੇ ਸੀ, ਉਦਾਸ ਰਿਹਾ ਮੈਂ ਉੱਥੇ। ਉਹ ਤੁਹਾਡੇ ਇਲਾਕੇ ਦੇ ਸੀ, ਵਿਦੇਸ਼ਾਂ ਦੇ। ਅੱਛਾ, ਤੁਹਾਡਾ ਪਿੰਡ ਕਸਬਾ ਦਾ, ਉਹਦੇ ਨਾਲ ਵਿਦੇਸ਼ ਪਿੰਡ ਸੀ। ਅੱਛਾ, ਉਹ ਵਿਦੇਸ਼ਾਂ ਦੇ ਬੈਠੇ ਉੱਥੇ। ਸਹੀ, ਮੈਂ ਰਾਤ ਉਹਨਾਂ ਪਰ ਰਿਹਾ, ਸਵੇਰ ਨੂੰ ਉੱਥੇ ਉੱਠਿਆ ਆਪਣੇ ਘਰ ਆ ਗਿਆ ਤੁਰਦੇ ਹੀ। ਹੋਰ ਹੁਣ ਸਜਾਜ ਤੇ ਆਉਣਾ ਸੀ ਮੈਂ। ਸਹੀ ਹੈ ਜੀ, ਬਾਬਾ ਜੀ ਜ਼ਿੰਦਾਬਾਦ। ਇਹ ਡੰਗਰ ਸੰਭਾਲਦੇ ਤੁਸੀਂ ਆਪਣੇ? ਹਾਂਜੀ, ਇਹ ਮੱਝਾਂ ਦੋ। ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਮਿਹਰਬਾਨੀ।